हम कर साजन आए
ਲੜਕਾ ਤੇ ਲੜਕੇ ਦੇ ਮਾਤਾ ਪਿਤਾ, ਲੜਕੀ ਤੇ ਲੜਕੀ ਦੇ ਮਾਤਾ ਪਿਤਾ ਅਰਦਾਸ ਵਿੱਚ ਸ਼ਾਮਿਲ ਹੋਣਗੇ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਹੀ ਸ਼ੋਭਿਤ ਰਹੋ। ਸਤਿਗੁਰਾਂ ਦੇ ਪਾਵਨ ਚਰਨਾਂ 'ਚ ਆਰੰਭਤਾ ਲਈ ਸੰਖੇਪ ਅਰਦਾਸ ਹੋਵੇਗੀ।
ਜੱਪੇ ਜਾਣੇ ਹਨ ਵੀ ਸਤਿਗੁਰ ਦੀ ਆਗਿਆ ਕਰਨੀ ਸੁਭਾਗ ਜੋੜੀ ਦੇ ਸਿਰ 'ਤੇ ਬੇਹਰੇ ਆਪਣੇ ਮਿਹਨਤ ਰੱਖਣਾ ਸਤਿਗੁਰ ਹਾਸਿਲ ਕਰਨ ਦਾ ਸਭ ਸ਼ੁਕਰ ਠੀਕ ਆਨੰਦ ਕਾਰਜ ਦਰਸ਼ਨ ਨੂੰ ਸਾਧਨ ਨੂੰ ਪ੍ਰਾਪਤੀ ਹੋਣਾ ਵੇਦ ਪਾਸਿੰਗ ਵਾਲੀ ਲੋਕਾਂ ਦਾ ਪਰਵਰਿਸ਼ ਕਰਨਾ ਵੀ ਰਤਨ ਕੀਰਤਨ ਕਰਨਾ ਦੁਨੀਆਂ ਨਾਲ ਦਰਸ਼ਨ ਕਰਨਾ ਸਤਿਗੁਰ ਕਿਰਪਾ ਕਰਕੇ ਹੋਰ ਕਿਰਪਾ ਨਾਮ ਦਰਸ਼ਨ ਕਰਕੇ ਆਪ ਦੀ ਆਗਿਆ ਬਖਸ਼ਿਸ਼ ਹੋਏਗੀ ਅਨੰਤ ਕਾਰਜਾਂ ਦੀ ਪ੍ਰਾਪਤ ਦਾ ਹੋਵੇ ਸਹੀ ਪਿਆਰੇ ਮੇਰੇ ਦੀ ਮਿਆਰ ਨੂੰ ਕਰਨਾ ਕੀਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੁਹੀ ਏਕ ਪੂਰੇ ਮੇਰੇ ਸਤਿਗੁਰ ਮਨ ਸਨ ਤੁਮਾਰਾ ਪਰੀ ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰੱਖੋ ਧਾਰ ਕਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਘਰ ਬਾਰਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵੱਡੇ ਭਾਗ ਫੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਰ ਕਿਸ ਜਨ ਨਾਮ ਦਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਸ ਪਾਪ ਨਾ ਫੇਰੇ ਜਮ ਜੰਦਾਰ ਨਾ ਆਵੈ ਨੇੜੇ ਕਿਸਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਕਿਸਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਮੋਹਨ ਸਿੰਘ ਸੂਤ ਨੂੰ ਕਿ ਉਹ ਕਾਕਾ ਅਮਰਜੋਤ ਸਿੰਘ ਜੀ ਦਾ ਪੱਲਾ ਬੀਬਾ ਸੁਖਜਿੰਦਰ ਕੌਰ ਨੂੰ ਪੜਾਉਣ ਦੀ ਰਸਮ ਅਦਾ ਕਰਨ ਪੱਲੇ ਹਬੇ ਸਾ
नमस्कार करके परिक्रमा करनिया ने परिक्रमा करके अपनी जगह त्याग के बैठ जाना। जिन्हां वीरां ने लड़की दी हेल्प वास्ते सहायता वास्ते खड़े होना उन्हां नूं मैं बेनती करांगा कि जराबां ला के पिछे सिंह ते हाथ धो के कोई सेवा निभा सकदे ने। ते मूवी वाले वीरां नूं बेनती है कि जदों मूवी बनाउणी इस गल दा ध्यान रखना कि परिक्रमा नहीं करनिया, मूवी बनाउणा आप जी दा फर्ज है, इस गल दा ध्यान रखना जी। हुण लावां दा पाठ सरवण करिए। सतनाम श्री वाहेगुरु साहिब जीओ, सोही महला चौथा, हर पहलड़ी लाव पर व्यक्ति कर्म दराया, बल राम जीओ, वाणी ब्रह्मा वेद धर्म दृढ़ाओ, पाप त्याया बलराम जियो, धन दृढ़ाओ हर नाम त्यावो, सिमरत नाम दृढ़ाया, सतगुर गुरपुरा आराधो, सब दुख पाप गवाया, सहज आनंद हुआ बड़ भागी, मन हर हर मीठा लाया, जन कह नानक लाभ पहली, आरंभ काज रचाया, जन कह नानक लाभ पहली, आरंभ काज रचाया, हर पहलड़ी लाव पर विरते, कर्म दृढ़ाया बल राम जियो, वाणी ब्रह्मा वेद धर्म दृढ़ो, पाप त्याया बल राम जियो, धर्म दृढ़ो हर मिलाया बलराम जियो,
ਨਿਰਭਉ ਭੈ ਮਨ ਹੋਏ ਹਮ ਮੈਲ ਗਵਾਇਆ ਬਲਰਾਮ ਜੀਉ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਦਰ ਬਾਹਰ ਹਰ ਪ੍ਰਵੇ ਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਬਜਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਬਜਾਏ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਪੁਰਖ ਮਿਲਾਇਆ ਬਲਰਾਮ ਜੀ ਨਿਰਭਉ ਭਈ ਮਨ ਹੋਏ ਹੋ ਮੈਂ ਗਵਾਇਆ ਬਲਰਾਮ ਜੀ ਨਿਰਬਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿ ਆਪ ਹਰ ਕੋਏ ਅੰਤਰ ਬਾਹਰ ਹਰ ਪ੍ਰਭੂ ਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਰਾਮ ਜਲਾਏ ਅਨਹਦ ਸ਼ਬਦ ਵਜਾਏ ਅੰਤਰ ਬਾਹਰ ਹਰ ਪ੍ਰਭੂ ਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਸ਼ਬਦ ਵਜਾਏ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਗੜ ਭਾਗੀਆ ਬਲਰਾਮ ਜੀਓ ਨਿਰਮਲ ਹਾਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਗੜ ਭਾਗੀ ਪਾਇਆ ਹਰ ਕਥੀਐ ਅਕਥ ਕਹਾਣੀ ਹਿਰਦੈ ਹਰ 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 ਧੁਨ ਉਪਜੀ ਹਰ ਜਪਿਆ ਮਸਤਕ ਭਾਗ ਜਿਉ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜਿਉ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜਿਉ ਹਰ ਤੀਜੜੀ ਲਾਵ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਪਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥੀਐ ਅਕਾਥ ਕਹਾਣੀ ਹਿਰਦੈ ਹਰ 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 ਤੁਮੇ ਉਪਜੀ ਹਰ ਜਪੀਐ ਮਾਤ ਤੂੰ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਰ ਤੀਜੜੀ ਲਾਵ ਵਾਹਿਗੁਰੂ ਹਰ ਚੌਥੜੀ ਲਾਵ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮੰਤਨ ਮੀਠਾ ਲਾਇਆ ਬਲਰਾਮ ਜੀਓ
हर मीठा लाया मेरे प्रभ भाया अंदन हल लाई मन चिंदिया फल पाया स्वामी हर नाम मजी वाधाई हर प्रभ ठाकुर काज रचाया तन हित नाम विगासी जन नानक बोले चखी लावै हर पाया प्रभ अविनासी जन नानक बोले चौखी लावै हर पाया प्रभ अविनासी हर चौथड़ी लाव मन सहज पाया हर पाया बलराम दियो गुरमुख मिलया सुभाए हर मन तन मीठा लाया बलराम दियो हर मीठा लाया मेरे प्रभु पाया हर दिन हर ले वधाए मन चिंदिया फल पाया स्वामी हर नाम भजे वधाए हर प्रभु ठाकुर काज रचाया तन हृदय नाम विलासी जन नानक बोले चौथी लावे हर पाया प्रभु अविनासी जन नानक बोले चौथी लावे हर पाया प्रभु अविनासी हर चौथे आनंद एको अंकार सतगुर प्रसाद आनंद पया मेरी माए सतगुरु मैं पाया सतगुर ता पाया सहज से दी मन वजिया वाधाया राग रतन परवार परिया शब्द गावण आया सब दो तंगा हो हरी तेरा मन जिनी बसाया कह नानक आनंद होआ सतगुरु मैं पाया ए मनु मेरिया तू सदा रहो हर नाम हर नाल रहो तू मन मेरे दुख सब विसारना कारो करे तेरा कार्य सब सवार सब नागदा सम्राट स्वामी तो क्यों मनो विसारे कह नानक मन मेरे सदा रहो हर नाल साचे साहिबा जाना ही कर तेरा करता तेरा सब किछ है जिस देशो पावे सदा सुख सदा तेरे नाम मन बसाए नाम जिन कै मन बसया वाजे शब्द तनेरे कह नानक सचे साहे जाना ही कर तेरे आदा नाम मेरा आला साच नाम आदा तेरा जिन हर शांत सुख मन आए बस आज सा सदा कुर्बान कीता गुरु बेटो जिस दिया एक बजाय कह नानक सुनो संतो शब्द तरो प्यारो आजा नाम मेरा आधारो वाज पंच शब्द जित घर सुभागे कर सुभागे सब द्वारे कला जित कर तारिया पंचो सुत वस कीजे काल कंच कुमारिया गुर कर्म पाया कुंद जित पौधे नाम हर कै तारिया
ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹਉਮੈ ਰੋ ਗਿਆ ਦੁੱਖ ਲਾਖਾ ਆਪ ਆਪੇ ਗੁਰਮਤ ਖਾਦਾ ਅਕਾਲ ਮੂਰਤ ਵਰ ਪਾਇਆ ਅਵਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹੋ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਪਰਮ ਸਨਮਾਨ ਯੋਗ ਯੁਗੋ ਯੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ ਹੈ ਜੋ ਕਾਰਜ ਸਤਿਗੁਰੂ ਜੀ ਦੇ ਪਾਵਨ ਚਰਨਾਂ ਪ੍ਰਾਰੰਭ ਕੀਤੇ ਸਨ ਭਾਵ ਆਨੰਦ ਕਾਰਜ ਦੀ ਰਸਮ ਸਤਿਗੁਰੂ ਜੀ ਦੇ ਪਾਵਨ ਚਰਨਾਂ ਚ ਅਰਦਾਸ ਬੇਨਤੀ ਕਰਕੇ ਸੰਪੂਰਨ ਹੋ ਜਾਵੇਗੀ ਜਿੱਥੇ ਆਪਾਂ ਨੇ ਸਤਿਗੁਰਾਂ ਦੇ ਪਾਵਨ ਚਰਨਾਂ ਚ ਜੁੜ ਬੈਠ ਕਰਕੇ ਗੁਰਬਾਣੀ ਤੇ ਗੁਰਬਾਣੀ ਦੇ ਸ਼ਬਦ ਸਰਵਣ ਕੀਤੇ ਹਨ ਉੱਥੇ ਮੈਂ ਬੇਨਤੀ ਕਰਾਂਗਾ ਭੈਣਾਂ ਦੇ ਪਾਵਨ ਚਰਨਾਂ ਚ ਭੈਣੋ ਥੋੜੀ ਜਿਹੀ ਕਿਰਪਾ ਕਰੋ ਚੁੱਪ ਦਾ ਦਾਨ ਬਖਸ਼ ਦਿਓ ਕਿਉਂਕਿ ਇਹ ਅਕਸਰ ਹੀ ਸਾਨੂੰ ਬੇਨਤੀ ਕਰਨੀ ਪੈਂਦੀ ਹੈ ਜਦੋਂ ਵੀ ਆਨੰਦ ਕਾਰਜ ਹੁੰਦੇ ਨੇ ਤੇ ਭੈਣਾਂ ਨੂੰ ਸਮਾਂ ਹੀ ਉਦੋਂ ਮਿਲਦਾ ਗੱਲਾਂ ਬਾਤਾਂ ਕਰਨ ਦਾ ਭੈਣੋ ਬਾਅਦ ਵਿੱਚ ਬਹੁਤ ਸਮਾਂ ਤੁਹਾਡੇ ਪਾਸ ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਕਰੀ ਜਾਇਓ ਜਿੰਨਾ ਚਿਰ ਆਪਾਂ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਬੈਠੇ ਹਾਂ ਘੱਟੋ ਘੱਟ ਉਹਨਾਂ 'ਚ ਚੁੱਪ ਦਾ ਦਾਨ ਬਖਸ਼ ਕੇ ਬੈਠ ਜਾਇਆ ਕਰੋ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਮੈਂ ਬੱਚੀ ਤੇ ਬੱਚੇ ਨੂੰ ਬੇਨਤੀ ਕਰਾਂਗਾ ਕਿ ਬੱਚਿਓ ਜ਼ਿੰਦਗੀ ਵਿੱਚ ਬੜੇ ਉਤਰਾਅ ਚੜਾਅ ਆਉਂਦੇ ਨੇ ਕਦੇ ਵੀ ਡੋਲਣਾ ਨਹੀਂ ਔਰ ਘਬਰਾਉਣਾ ਨਹੀਂ ਜਦੋਂ ਵੀ ਕਿਤੇ ਕੋਈ ਮੁਸ਼ਕਲ ਬਣ ਜਾਵੇ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਸਤਿਗੁਰ ਸੱਚੇ ਪਾਤਸ਼ਾਹ ਸਮਰੱਥ ਨੇ ਸਾਡੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਲੇ ਨੇ ਮੁਸ਼ਕਲਾਂ ਨੂੰ ਆਸਾਨ ਕਰਨ ਵਾਲੇ ਨੇ ਅਤੇ ਸਾਡੇ ਦੁੱਖਾਂ ਦੀ ਨਿਵਿਰਤੀ ਕਰਕੇ ਸੁੱਖ ਸਾਡੀ ਝੋਲੀ ਵਿੱਚ ਸਤਿਗੁਰੂ ਜੀ ਪਾਉਂਦੇ ਨੇ ਅਤੇ ਜਦੋਂ ਕਿਤੇ ਸਮਾਂ ਬਣੇ ਸਿੰਘ ਸਿੰਘਣੀ ਸੱਜ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਜ਼ਰੂਰ ਸਫਲ ਕਰ ਲਿਓ ਕਿਉਂਕਿ ਸਤਿਗੁਰੂ ਜੀ ਦਾ ਇਹ ਪਾਵਨ ਬਚਨ ਹੈ ਸਤਿਗੁਰ ਬਾਜੋਂ ਗੁਰ ਨਹੀਂ ਕੋਈ ਨਿਗੁਰੇ ਕਾਹੈ ਨਾਉ ਬੁਰਾ ਅਤੇ ਆਪਾਂ ਨੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਨਾ ਹੈ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਜੇ ਬਖਸ਼ਿਸ਼ ਕਰ ਦੇਣ ਤਾਂ ਇਹ ਦਾਤ ਪ੍ਰਾਪਤ ਹੁੰਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜਦੋਂ ਸੱਚਾ ਮਨ ਵਿੱਚ ਵਸ ਗਿਆ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਅੰਮ੍ਰਿਤ ਦੀ ਦਾਤ ਵੀ ਪ੍ਰਾਪਤ ਹੋਵੇਗੀ ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਜੋ ਆਪ ਜੀ ਨੂੰ ਗ੍ਰਸਤ ਜੀਵਨ ਵਿੱਚ ਆਪ ਜੀ ਨੇ ਅੱਜ ਪੈਰ ਰੱਖਿਆ ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਤੁਹਾਡਾ ਇਹ ਗ੍ਰਸਤ ਜੀਵਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਫਲ ਹੋਵੇ ਕਿਉਂਕਿ ਜੇ ਆਪਾਂ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜ ਜਾਈਏ ਤੇ ਸਤਿਗੁਰ ਐਸੀਆਂ ਬਖਸ਼ਿਸ਼ਾਂ ਕਰਦੇ ਨੇ ਐਸੀਆਂ ਰਹਿਮਤਾਂ ਕਰਦੇ ਨੇ ਖੁਸ਼ੀਆਂ ਤੇ ਖੇੜੇ ਸਾਡੀ ਝੋਲੀ ਵਿੱਚ ਪੈਂਦੇ ਨੇ ਸਤਿਗੁਰ ਜੀ ਦੀ ਪਾਵਨ ਹਜ਼ੂਰੀ ਵਿੱਚ ਬੱਚਿਓ ਜੇਕਰ ਕਿਸੇ ਕੋਲੋਂ ਭੁੱਲ ਹੋ ਜਾਵੇ ਮੈਂ ਇਹ ਬੇਨਤੀ ਕਰਨ ਲੱਗਾ ਆਪ ਜੀ ਨੂੰ ਕਿਸੇ ਕੋਲੋਂ ਭੁੱਲ ਹੋ ਜਾਵੇ ਤੇ ਉਹਨੂੰ ਖਿਮਾ ਕਰ ਦੇਣਾ ਜੇ ਆਪਣੇ ਕੋਲੋਂ ਭੁੱਲ ਹੋ ਜਾਵੇ ਤੇ ਉਸ ਤੋਂ ਖਿਮਾ ਮੰਗ ਲੈਣੀ ਹੈ ਇਹਨਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਦਾ ਜ਼ਰੂਰ ਖਿਆਲ ਰੱਖਣਾ ਕਿਉਂਕਿ ਸਤਿਗੁਰੂ ਜੀ ਬਾਣੀ ਅੰਦਰ ਬਖਸ਼ਿਸ਼ ਕਰਦੇ ਹਨ ਨਿਮਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ ਅਤੇ ਇਹ ਬੱਚੀ ਨੂੰ ਹੀ ਇਕੱਲਾ ਉਪਦੇਸ਼ ਨਹੀਂ ਇਹ ਦੋਨਾਂ ਵਾਸਤੇ ਹੀ ਹੈ ਕਿਉਂਕਿ ਜੇ ਆਪਾਂ ਨਿਮਰਤਾ ਨਾਲ ਰਵਾਂਗੇ ਮਿੱਠੇ ਬੋਲ ਬੋਲਾਂਗੇ ਕਿਸੇ ਨੂੰ ਖਿਮਾ ਕਰਨ ਵਾਲਾ ਸੁਭਾਅ ਰੱਖਾਂਗੇ ਆਪ ਵੀ ਖਿਮਾ ਮੰਗਣ ਵਾਲਾ ਸੁਭਾਅ ਰੱਖਾਂਗੇ ਅਤੇ ਸਤਿਗੁਰੂ ਜੀ ਜ਼ਰੂਰ ਰਹਿਮਤ ਕਰਨਗੇ ਕਦੇ ਵੀ ਕੋਈ ਐਸੀ ਮੁਸੀਬਤ ਨਹੀਂ ਆਵੇਗੀ ਜਿਸ ਬੋਲ ਨਾਲ ਕਿਸੇ ਦਾ ਹਿਰਦਾ ਦੁਖੀ ਹੋਵੇ ਉਹ ਬੋਲ ਕਦੇ ਨਹੀਂ ਬੋਲਣਾ
ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪ ਜੀ ਨੂੰ ਤਮਾਮ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ। ਹੁਣ ਆਪਾਂ ਸਲੋਕ ਪੜ੍ਹ ਕੇ ਸਤਿਗੁਰੂ ਜੀ ਦੇ ਪਾਵਨ ਕਰਨਾ ਅਤੇ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਵਾਂਗੇ ਜੀ। ਪਵਨ ਗੁਰੂ ਪਾਣੀ ਪਿਤਾ ਮਾਤਾ ਤੁਮਹਾਰਾ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੋ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਗਤ ਭਾਰ ਨਾਨਕ ਤੇ ਮੁਖ ਉਜੇਰੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਗਤ ਭਾਰ ਨਾਨਕ ਤੇ ਮੁਖ ਉਜੇਰੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਤਹਿ ਅਰਦਾਸ ਪਿੰਡ ਸਾਹਿਬ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਾਨ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨ ਤੁਧ ਆਗੇ ਅਰਦਾਸ ਹਮਾਰੀ ਜੀਉ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਕੋਈ ਨਾਉ ਨਾ ਜਾਣੇ ਬੋਲੋ ਜੀ ਵਾਹਿਗੁਰੂ 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 ਜੀ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤ ਜੀ ਸਹਾਇ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਤਾਪ ਭਗਵਤੀ ਸਿਮਰਤ ਗੁਰੂ ਨਾਨਕ ਲਈ ਧਿਆਏ ਫਰੰਗ ਤੇ ਗੁਰਮਦਾਸ ਰਾਮਦਾਸ ਅਰਜੁਨ ਹਰ ਗੋਬਿੰਦ ਸਿਮਰਾਉ ਸ੍ਰੀ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜੇ ਜਿੱਠੇ ਸਬਦ ਜਾਏ ਤੇਗ ਬਹਾਦਰ ਸਾਹਿਬ ਮਰਿਆ ਕਰਨਾਉ ਨੇਤਾ ਵੈ ਧਾਈ ਸਤਿ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਸਤਿ ਸਾਹਿਬ ਦਸਵੇਂ ਪਾਤਸ਼ਾਹੀਆਂ ਜੀ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਪਾਠ ਦੀ ਦਾਰਾ ਜੀ ਕਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਈ ਦੇਵਕਿਆਂ ਡਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੈਨਾਬ ਸਿੰਘਾਂ ਸਿੰਘਣੀਆਂ ਧਰਮੇ ਸੇ ਦਿੱਤੇ ਬਾਂਧ ਬੰਧ ਕਟਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਸਿੱਖੀ ਕੇਸਾਂ ਸਵਸਾ ਸੰਗ ਨਿਭਾਈ ਸਿੱਖੀ ਸਿਦਕ ਨਹੀਂ ਹਾਰਿਆ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੈ ਸਮੂਹ ਖਾਲਸਾ ਜੀ ਕੀ ਅਰਦਾਸ ਹੈ ਜੀ ਸਮੂਹ ਖਾਲਸਾ ਜੀ ਕੋ ਵਾਹਿਗੁਰੂ 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 ਪਵਿੱਤਰ ਨਾਮ ਚਿਤਾਵੇ ਚਿਤਾ ਮਨੁੱਖਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆਏ ਦੀਖ ਤੇ ਫਤਿਹ ਪ੍ਰਤਕੀ ਪੈਜ ਪੰਥ ਕੀ ਰੇਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ
ਬਖਸ਼ਿਸ਼ ਕਰੋ ਪਾਤਸ਼ਾਹ ਜੀ ਗੁਰਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਉਸਾਹੋ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਟਲ, ਧਰਮ ਦਾ ਜੈ ਜੈਕਾਰ ਹੋਵੇ। ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾਤਾ ਪਿਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰਨਾਂ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵੈ ਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪੰਥ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਦਾਤਾਰ ਪਿਤਾ ਜੀਓ, ਹੈ ਸੁਖਤਾਪ ਜੀ ਕੇ ਹਜ਼ੂਰ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਜੀ, ਆਪ ਜੀ ਕੀ ਮਹਾਨ ਕਿਰਪਾ ਬਖਸ਼ਿਸ਼ ਦੁਆਰਾ ਦੋ ਪਰਿਵਾਰ, ਧੀ ਰੇਤਾ ਪਰਿਵਾਰ ਤੇ ਪੁੱਤਰੇਤਾ ਪਰਿਵਾਰ ਆਪ ਜੀ ਕੇ ਚਰਣਾ ਕਮਲਾਂ ਅੰਦਰ ਹਾਜ਼ਰ ਹੋਏ, ਤਿਨ੍ਹਾਂ ਦੇ ਸਤਿਗੁਰੂ ਪਾਤਸ਼ਾਹ ਸਮੂਹ ਪਰਿਵਾਰਾਂ ਦੇ ਸਿਰ ਤੇ ਆਪ ਜੀ ਨੇ ਮਿਹਰ ਭਰਿਆ ਹੱਥ ਰੱਖਿਆ। ਸਤਿਗੁਰੂ ਪਾਤਸ਼ਾਹ ਜੀ ਪੁੱਤਰੇਤਾ ਪਰਿਵਾਰ, ਦਾਦਾ ਸਰਦਾਰ ਲੇਟ ਤਾਰਾ ਸਿੰਘ ਜੀ, ਦਾਦੀ ਪ੍ਰੀਤਮ ਕੌਰ, ਤਿਨ੍ਹਾਂ ਦੇ ਸਪੁੱਤਰ ਹਰਭਜਨ ਸਿੰਘ, ਬੀਬੀ ਜਸਵਿੰਦਰ ਕੌਰ, ਤਿਨ੍ਹਾਂ ਦੇ ਸਪੁੱਤਰ ਕਾਕਾ ਅਮਰਜੋਤ ਸਿੰਘ ਜੀ, ਸਤਿਗੁਰੂ ਪਾਤਸ਼ਾਹ ਜੀ ਧੀਰੇਤਾ ਪਰਿਵਾਰ, ਸਰਦਾਰ ਦਾਦਾ ਕੁਲਦੀਪ ਸਿੰਘ ਜੀ, ਦਾਦੀ ਗੁਰਮੀਤ ਕੌਰ, ਤਿਨ੍ਹਾਂ ਦੇ ਸਪੁੱਤਰ ਮੋਹਨ ਸਿੰਘ ਜੀ, ਬੀਬੀ ਗਿਆਨ ਕੌਰ, ਤਿਨ੍ਹਾਂ ਦੀ ਸਪੁੱਤਰੀ ਬੱਚੀ ਸੁਖਜਿੰਦਰ ਕੌਰ ਦੇ ਆਨੰਦ ਕਾਰਜ, ਅਮਰਜੋਤ ਸਿੰਘ ਜੀ ਦੇ ਨਾਲ ਸਤਿਗੁਰੂ ਪਾਤਸ਼ਾਹ ਆਪ ਜੀ ਕੀ ਪਾਵਨ ਹਜ਼ੂਰੀ ਦੇ ਵਿੱਚ ਜਪੇ ਗਏ ਨੇ। ਆਪ ਜੀਆਂ ਨੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਤਿਗੁਰੂ ਪਾਤਸ਼ਾਹ ਜੀ ਸੁਭਾਗ ਜੋੜੇ ਨੂੰ ਪਰਿਕਰਮਾ ਕਰਨ ਦਾ ਬਲ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਅਲਾਹੀ ਬਾਣੀ ਜਪਣ ਦੇ ਆਪ ਜੀ ਨੇ ਬਲ ਬਖਸ਼ੇ, ਅਲਾਹੀ ਬਾਣੀ ਸ਼ਬਦ ਕੀਰਤਨ ਕਰਨ ਦੇ ਆਪ ਜੀ ਨੇ ਬਲ ਬਖਸ਼ਿਸ਼ ਕੀਤੇ। ਸਤਿਗੁਰੂ ਜੀ ਸਾਧ ਸੰਗਤ ਜੀ ਨੂੰ ਹਾਜ਼ਰੀਆਂ ਭਰਨ ਦਾ ਬਲ ਬਖਸ਼ਿਸ਼ ਕੀਤਾ। ਆਪ ਜੀ ਕਾ ਕੋਟ ਨੂੰ ਕੋਟਾਨ ਵਾਰ ਸ਼ੁਕਰਾਨਾ ਹੈ ਸਤਿਗੁਰੂ ਪਾਤਸ਼ਾਹ ਜੀ। ਸਮੂਹ ਸਾਧ ਸੰਗਤ ਜੀ ਦੇ ਕੋਲੋਂ ਸਤਿਗੁਰੂ ਵਿਚਰਦਿਆ ਹੋਇਆ, ਬਾਣੀ ਪੜ੍ਹਦਿਆਂ ਹੋਇਆ, ਅਨੇਕਾਂ ਤਰ੍ਹਾਂ ਦੀਆਂ ਹੋਈਆਂ ਤਰੁੱਟੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਸਤਿਗੁਰੂ ਪਾਤਸ਼ਾਹ ਜੀ ਸੁਪਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਆਪ ਜੀ ਨੇ ਹੱਥ ਰੱਖਣਾ। ਗ੍ਰਿਸਤ ਮਾਰਗ ਦੇ ਵਿੱਚ ਆਪ ਜੀ ਨੇ ਆਪ ਸਾਖੀ ਰੂਪ ਹੋ ਕਰਕੇ ਬੱਚਿਆਂ ਨੂੰ ਸਤਿਗੁਰੂ ਪਾਤਸ਼ਾਹ ਕਿਰਪਾ ਦਾ ਆਨੰਦ ਆਪ ਜੀ ਬਖਸ਼ਿਸ਼ ਕਰਨਾ। ਬੱਚਿਆਂ ਨੂੰ ਸੇਵਾ ਸਿਮਰਨ, ਨਾਮ ਦਾਨ, ਇਸ਼ਨਾਨ, ਨਿਤਨੇਮ, ਨਾਮ ਅਭਿਆਸ ਬਖਸ਼ਣੇ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਅਮਰ ਦੀਆਂ ਦਾਤਾਂ ਬਖਸ਼ਣੀਆਂ। ਹੇ ਅਕਾਲ ਪੁਰਖ ਪਾਤਸ਼ਾਹ ਜੀ ਆਪ ਜੀ ਕੀ ਕਿਰਪਾ ਦੁਆਰਾ ਸਮੂਹ ਪਰਿਵਾਰਾਂ ਵੱਲੋਂ ਕੋਟ ਨੂੰ ਕੋਟਾਨ ਵਾਰ ਸ਼ੁਕਰਾਨਾ ਹੈ। ਸਤਿਗੁਰੂ ਪਾਤਸ਼ਾਹ ਜੀ ਸੁੰਦਰ ਪਛਾਕੇ ਮਾਇਆ ਪੇਟ ਹਾਜ਼ਰ ਹੋਏ। ਸਤਿਗੁਰੂ ਪਾਤਸ਼ਾਹ ਜੀ ਦੋਹਾਂ ਪਰਿਵਾਰਾਂ ਵੱਲੋਂ 101 ਪੌਂਡ, ਪੁਤਰੇਤਾ ਪਰਿਵਾਰ ਵੱਲੋਂ 101 ਪੌਂਡ, ਧੀਰੇਤਾ ਪਰਿਵਾਰ ਵੱਲੋਂ ਸਤਿਗੁਰੂ ਜੀ ਹਾਜ਼ਰ ਹੋਏ ਨੇ। ਆਪ ਕਿਰਪਾ ਕਰਕੇ ਦੋਹਾਂ ਪਰਿਵਾਰਾਂ ਦੀਆਂ ਕਿਰਤ ਕਮਾਈਆਂ ਸਫਲੀਆਂ ਕਰਨੀਆਂ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਹੇ ਅਕਾਲਪੁਰ ਪਾਤਸ਼ਾਹ ਜੀ ਆਪ ਜੀ ਕੇ ਸ਼ੁਕਰਾਨੇ ਵਿੱਚ ਸੇਵਕ ਪਰਿਵਾਰ ਵੱਲੋਂ ਅੰਮ੍ਰਿਤ ਵੀ ਪੰਚਾਕੜਾ ਪ੍ਰਸਾਦੀ ਦੇਗ ਸਜਾਈ ਗਈ ਹਾਜ਼ਰ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਭੋਗ ਲਗਾਓ, ਕੜਾ ਪ੍ਰਸ਼ਾਦੀਆਂ ਦੇਗਾ ਸਤਸੰਗ 'ਤੇ ਵਰਤਾਉਣ ਦੀ ਆਪ ਜੀ ਆਗਿਆ ਬਖਸ਼ਿਸ਼ ਕਰਨੀ। ਮਿਹਰਬਾਨ ਬਖਸ਼ਿੰਦ ਪਿਤਾ ਜੀ ਆਪ ਤਰੁੱਠੇ ਹੋ, ਐਸ ਵਕਤ ਦਾਰਾ ਹੀ ਸਤਸੰਗ ਜੀ ਵੱਲੋਂ ਕਿਰਤ ਕਮਾਈਆਂ ਭੇਟਾ ਆਪ ਜੀ ਕੇ ਦਰ ਭੇਟ ਹੋਈਆਂ ਪ੍ਰਵਾਨ ਕਰਨੀਆਂ, ਕਿਰਤ ਕਮਾਈਆਂ ਸਤਸੰਗ ਜੀ ਦੀਆਂ ਸਫਲੀਆਂ ਕਰਨੀਆਂ ਜੀ। ਮਿਹਰਬਾਨ ਬਖਸ਼ਿੰਦ ਪਿਤਾ ਜੀ ਤਰੁੱਠੇ ਹੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਹੁਕਮਨਾਮੇ ਚੱਲਣ ਦੀ ਸਮਰੱਥਾ ਸੂਝ ਬੂਝ ਬਖਸ਼ੋ, ਸ਼ੇਈ ਪਿਆਰੇ ਮਿਲੋ ਜਿਨੇ ਮਿਲਿਆ ਪਵਿੱਤਰ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਬਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈਆ ਕਾਲ ਕੇ ਤਬੀ ਚਲਾਇਓ ਪੰ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੇ, ਜੋ ਪ੍ਰਭ ਕੋ ਮਿਲ ਬੋਧ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਰ, ਸਭ ਮਿਲਣਗੇ ਬਜੇ ਸ਼ਰਨ ਜੋ
वाहेगुरु नाम जहाज है चढ़े सो तेरे पार जो शरदा कर सेवते गुर पार उतारण जो शरदा कर सेवते गुर पार उतारण पुल वाहेगुरु जी का खालसा वाहेगुरु जी की फतेह। एक ओंकार सतनाम करता पुरख निर्भव निर्वैर अकाल मूरत अजनी सैभम गुर प्रसाद सज्जन सच्चा पातशाह सिर शाह दैशाह जिस पास बैठे सोही है सबना दानेशाह सतनाम श्री वाहेगुरु साहेब जीओ सुरख महला पंजवा अपना गुरु प्याए मिले कुशल से की धारे आए ना मैं की बढ़ियाई तेसे कीमत कहन ना जाई अपना गुरु प्याए मेरे कुशल से की घर आए ना मैं की बढ़ियाई किस कीमत कहन जाई संतो हर 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 आराधो हर आराध सबो कुछ पाया कार्य सगले साधो रहो प्रेम भक्त प्रभु लागी सो पाए जिस बड़ भागी जन नानक नाम पियाया तिन सर्व सुखा फल पाया प्रेम भक्त प्रभु लागी सो पाए जिस बड़ भागी जन नानक नाम पियाया तिन सर्व सुखा फल पाया वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। परम सम्मान योग जुगो जुग अटल धन धन साहिब श्री गुरु ग्रंथ साहिब महाराज सच्चे पातशाह जी का कोटान कोटवार धन्यवाद है जो कार्य सतगुरु जी के पावन चरण प्रारंभ हुए सन भाव आनंद कार्ज की रस्म निर्विघन संपूर्ण हो गई है। दास अपने वालों से गुरद्वारा साहब की प्रबंधक कमेटी वालों दोह परिवारों को लख लख वधाई देता है। सतगुरु जी कृपा कर बख्शिश कर सुभाग जोड़ी न परस्पर प्यार गुरसिख जीवन की दात बख्शिश कर दोह परिवारों में परस्पर प्यार की दात बख्शिश कर गरीब लोग सतगुरु जी के पावन चरणा च सतगुरु जी ने कृपा करके बख्शिश करके दोह परिवारों को खुशियां बख्शिया। परलोक निवासी सरदार तारा सिंह बीबी प्रीतम कौर इन्हों के सपुत्र सरदार हरभजन सिंह जी बीबी जसविंदर कौर इन्हों के सपुत्र काका अमरजोत सिंह जी के शुभ आनंद कारज सरदार कुलदीप सिंह बीबी गुरमीत कौर इन्हों के सपुत्र सरदार मोहन सिंह सूज ते बीबी ज्ञान कौर इन्हों की सपुत्री दीपा सुखजिंदर कौर नाल होए हैं। सतगुरु जी कृपा कर बख्शिश कर हुण सुभाग जोड़ी नूं मैं बेनती करांगा कि उठ के खड़े हो जाण जिस भी सुभाग जोड़ी का गुरु घर विखे आनंद कार्ज हुंदा है गुरु घर वालों बख्शिश सिरों पाओ उन्हां नूं दिता जाता है। मैं बेनती करांगा
ਕਾਕਾ ਅਮਰਜੋਤ ਸਿੰਘ ਤੇ ਬੀਬਾ ਸੁਖਜਿੰਦਰ ਕੌਰ ਨੂੰ ਉੱਠ ਕੇ ਖੜੇ ਹੋ ਜਾਣ। ਇਸ ਬਖਸ਼ਿਸ਼ ਨੂੰ ਦੇਣ ਵਾਸਤੇ ਮੈਂ ਬੇਨਤੀ ਕਰਾਂਗਾ ਓਗਲ ਸਾਹਿਬ ਗੁਰੂ ਘਰ ਵੱਲੋਂ ਜੋ ਬਖਸ਼ਿਸ਼ ਹੈ ਸਿਰ ਪਾਓ ਉਹ ਬੱਚੀ ਤੇ ਬੱਚੇ ਨੂੰ ਦੇਣਗੇ ਤੇ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਦੋਹਾਂ ਨੂੰ ਹੀ ਕਿ ਸਿਰ ਪਾਓ ਪ੍ਰਾਪਤ ਕਰਨ ਤੋਂ ਉਪਰੰਤ ਆਪ ਜੀ ਨੇ ਖੜੇ ਰਹਿਣਾ ਕਿਉਂਕਿ ਜੋ ਵਿਆਹ ਰਜਿਸਟਰ ਕਰਨ ਵਾਸਤੇ ਸਤਿਕਾਰਯੋਗ ਸਰਦਾਰ ਅਜੀਤ ਸਿੰਘ ਜੀ ਬਣਾਏ ਪਹੁੰਚੇ ਹੋਏ ਹਨ। ਰਜਿਸਟ੍ਰੇਸ਼ਨ ਦੀ ਰਸਮ ਤੋਂ ਉਪਰੰਤ ਆਪ ਜੀ ਨੂੰ ਅਗਲਾ ਪ੍ਰੋਗਰਾਮ ਦੱਸਿਆ ਜਾਵੇਗਾ ਜੀ। ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ। ਸਿਰ ਪਾਓ ਫੜਾ ਦਿਓ ਕਿਸੇ ਨੂੰ ਤੇ ਆਪ ਜੀ ਨੇ ਖੜੇ ਰਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Sukhjinder Singh Surj, they must be joined, they must have too many, to Amar Jyot Singh Kilana, I call him, this person, she is present, the Nari, Amar Jyot Singh Kilana, do take him, Sukhjinder Kaur Surj, to be, I go for seven points. I call upon this person so high, subject to positive. I will go see the one to be my lawful wedded husband who may arrange exchange.
ਅਵਤਾਰ ਸਿੰਘ ਜੀ ਦਾ ਜੋ ਕਿ ਕਬੱਡੀ ਦੇ ਬੜੇ ਸੁਪਰਸਟਾਰ ਰਹੇ ਹਨ, ਉਹ ਇਸ ਨਵਤਾਰ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਹੈ। ਸਰਦਾਰ ਅਮਰੀਕ ਸਿੰਘ ਜੀ ਧੌਲ, ਸਰਦਾਰ ਇੰਦਰਵਤ ਸਿੰਘ ਜੀ ਖਾਬੜਾ, ਬਾਈਆ ਪਰਿਵਾਰ, ਸਮਰਾਜ ਪਰਿਵਾਰ, ਹੋਰ ਬੜੇ ਹੀ ਕਿਸਵੰਤੇ ਇਸ ਨਵਤਾਰ 'ਤੇ ਆਏ ਹਨ। ਦੋਨਾਂ ਹੀ ਪਰਿਵਾਰ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਮੈਂ ਆਪਣੇ ਵੱਲੋਂ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦਾ ਹਾਂ। ਇਹਨਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਮੈਨੇਜਮੈਂਟ ਕੀਤੀ ਹੈ। ਰਾਗੀ ਸਿੰਘਾਂ ਦਾ ਜਿਨ੍ਹਾਂ ਨੇ ਕਿ ਬੜੇ ਹੀ ਪਿਆਰ ਨਾਲ ਕੀਰਤਨ ਸੁਣ ਕਰਵਾਇਆ ਹੈ, ਭਾਈ ਸਾਹਿਬ ਜਥੇਵਾਲ ਜਿਨ੍ਹਾਂ ਨੇ ਲਾਵਾਂ ਦਾ ਪਾਠ ਕਰਵਾਇਆ ਹੈ, ਉਹ ਸਾਰੇ ਹੀ ਪਰਿਵਾਰਾਂ ਨੂੰ ਗੁਆਣਾ ਪਰਿਵਾਰ ਵੱਲੋਂ ਫਿਰ ਬਹੁਤ ਬਹੁਤ ਵਧਾਈ ਭੇਜੀਆਂ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਤਸੰਗ ਜੀ ਗੱਠਬੰਧ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋਈ। ਲੜਕਾ ਅਮਰਜੋਤ ਸਿੰਘ ਅਤੇ ਲੜਕੀ ਸੁਖਜਿੰਦਰ ਕੌਰ ਦਾ ਆਨੰਦ ਕਾਰਜ ਜੋ ਗੁਰਬਰਜਾਦਾ ਦੇ ਨਾਲ ਸੰਪੂਰਨ ਹੋਇਆ ਹੈ, ਸਾਰੀ ਸੰਗਤ ਨੂੰ ਲੱਖ ਲੱਖ ਵਧਾਈ। ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਹੈ ਕਿ ਬੱਚੇ ਬੱਚੇ ਨੂੰ, ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਸੰਗਤ ਜੀ ਬੜਾ ਸੁਭਾਗਾ ਦੇ ਰਿਹਾ, ਕਿਉਂਕਿ ਪਹਿਲਾਂ ਮੈਂ ਬੇਨਤੀ ਕਰਦਾ ਕਿ ਸਿਰਫ 2 ਮਿੰਟ ਹੀ ਮੈਂ ਲੈਣੇ ਹਨ, ਕਿਉਂਕਿ ਜੇ ਅਸੀਂ ਸ਼ਗਨ ਪਾਉਣੇ ਸ਼ੁਰੂ ਕਰ ਦਿੱਤੇ ਤਾਂ ਬੋਲਣਾ ਵੀ ਵਿਅਰਥ ਹੁੰਦਾ ਹੈ। ਧੰਨ ਸਵੰਨੀ ਖੜ ਰਤਨ ਜਿਹੜਾ ਵੀ ਹਰ ਪ੍ਰੇਮ ਪੁਰਖ ਮਨ ਲੋਠਾ, ਸਭੇ ਕਾਲ ਸਹਿਲੜੇ ਤੀਏ ਗੁਰੂ ਨਾਨਕ ਸਤਿਗੁਰ ਦੁੱਠਾ। ਗੁਰੂ ਮਹਾਰਾਜ ਦੀ ਪਾਰ ਕਿਰਪਾ ਹੋਈ ਹੈ ਜੋ ਬੱਚਿਆਂ ਦੇ ਅੰਧਕਾਰ ਗੁਰਪ੍ਰਜਾਤਾ ਸਾਲ ਹੋਏ ਹਨ, ਆਪਣੇ ਸਤਿਗੁਰ ਕੋ ਬਲਿਹਾਰੇ ਆਗੇ ਸੁਖ ਪਾਖੇ ਪਾਸ਼ੇ ਸੁਖ ਸਹਿਜਾ ਕਰ ਆਨੰਦ ਹਮਾਰੇ, ਗੁਰਸੇਵੋ ਕਰ ਨਮਸਕਾਰ ਆਜ ਹਮਾਰੇ ਨੋਵੇ ਚਾਰ, ਆਜ ਹਮਾਰੇ ਮਹਾਨੰਦ ਚਿੰਤ ਨਾਥੀ ਭੇਟੇ ਗੋਬਿੰਦ। ਸੰਗਤ ਜੀ ਜਿੱਦਾਂ ਬੱਚੇ ਵੱਡੇ ਹੁੰਦੇ ਹਨ, ਆਪ ਸਾਰਿਆਂ ਨੂੰ ਪਤਾ ਹੈ ਕਿ ਮਾਂ ਪਿਓ ਨੂੰ ਵੀ ਫਿਕਰ, ਅਤੇ ਕਿਉਂਕਿ ਸਮਾਂ ਜੋ ਚੱਲ ਰਿਹਾ ਹੈ ਉਹਦੇ ਵਿੱਚ ਇਹ ਹੈ ਕਿ ਬੱਚੇ ਸਾਡੇ ਆਖੇ ਰੱਖ ਕੇ ਵਿਆਹ ਪਾਉਣ, ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਅਮਰਜੋਤ ਸਿੰਘ ਅਤੇ ਬੀਬੀ ਸੁਖਜਿੰਦਰ ਕੌਰ ਨੇ ਜਿਸ ਤਰ੍ਹਾਂ ਮਾਂ ਪਿਓ ਨੇ ਕਿਹਾ ਉਸ ਤਰ੍ਹਾਂ ਹੀ ਇੱਥੇ ਨਾਮਕਰਨ ਕਰਵਾਏ ਹਨ। ਸਮਾਂ ਆ ਗਿਆ ਹੈ ਸੰਗਤ ਜੀ, ਮੈਂ ਦੇਖਦਾ ਹਾਂ ਕਿ ਅੱਜ ਸਭ ਤੋਂ ਵੱਡੀ ਖੁਸ਼ੀ ਹੈ ਕਿ ਗ੍ਰਹਿਦਰ ਤੋਂ ਜੋ ਜਾਨੀ ਸਿੰਘ ਸਾਰੇ, ਮੈਂ ਵੀ ਉਹਨਾਂ ਦੇ ਵਿੱਚ ਆਇਆ ਹਾਂ, ਟਾਈਮ ਸਿਰ ਇੱਥੇ ਪਹੁੰਚੇ ਹਨ। ਇਹ ਟਾਈਮ ਸਿਰ ਪਹੁੰਚਣ ਦੇ ਨਾਲ ਹੀ ਇਤਨਾ ਸੋਹਣਾ ਪ੍ਰੋਗਰਾਮ ਦਾ ਚੱਲ ਰਿਹਾ ਹੈ, ਕਿਉਂਕਿ ਗਾਹਾਂ ਵੀ ਸਾਨੂੰ ਇਹ ਲੈਸਨ ਲਰਨ ਕਰਨਾ ਚਾਹੀਦਾ ਹੈ ਕਿ ਟਾਈਮ ਸਿਰ ਜਾਈਏ। ਇਸ ਤਰ੍ਹਾਂ ਬਾਅਦ ਦੇ ਵਿੱਚ ਵੀ ਜਦੋਂ ਇੱਥੇ ਆਉਂਦੇ ਹਾਂ ਤਾਂ ਰਸ਼ ਕਰਦੇ ਹਨ, ਅਤੇ ਆਪ ਵਧਾਜ ਦੇ ਪਾਤਰ ਹੋ। ਮੈਂ ਸਿਰਫ 2 ਮਿੰਟ ਬੋਲਣਾ ਹੈ, ਉਹ ਇਹ ਹੈ ਉਸਤ ਨਿੰਦਾ ਨਾਨਕ ਜੀ ਮੈਂ ਹੱਪ ਵੰਜਾਈ, ਛੋੜਿਆ ਹੱਪ ਕੁਛ ਤਿਆਗੀ, ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਤੈਲੇ ਲਾਗੀ। ਅਮਰਜੋਤ ਸਿੰਘ ਅੱਜ ਇਸ ਭਰੀ ਸੰਗਤ ਦੇ ਵਿੱਚ ਆਪ ਦੇ ਲੱਖ ਸੁਖਜਿੰਦਰ ਕੌਰ ਨੂੰ ਗੁਰੂ ਮਹਾਰਾਜ ਦੇ ਏਰੀ ਦੇ ਵਿੱਚ ਲਾਇਆ ਹੈ। ਆਪ ਜੀ ਨੂੰ ਪਰਿਵਾਰ ਨੇ ਇੱਕ ਛੋਟੀ ਜਿਹੀ ਕਵਿਤਾ ਮੇਰੇ ਉਸਤਾਦ ਦੀ ਲਿਖੀ ਹੈ, ਮੇਰੇ ਚਤਰ ਅਤੇ ਸੁਹੜ ਸਰਤਾਜ ਜੀਓ, ਅਰਜ ਕਰਾਂ ਕਿ ਤੁਸਾਂ ਦੀ ਸ਼ਾਨ ਦੇ ਅੰਦਰ ਢੂੰਡਣ ਲੱਗੇ ਜਾਂ ਮੇਰੇ ਲਈ ਵਰ ਨਾ ਪਏ, ਲੈ ਕੇ ਰੋਸ਼ਨੀ ਜਿਵੇਂ ਅਸਮਾਨ ਦੇ ਅੰਦਰ, ਢੂੰਡ ਢੂੰਡ ਕੇ ਮੇਰੇ ਮਾਪਿਆਂ ਨੂੰ, ਅੱਜ ਲੱਭੇ ਹੋ ਤੁਸੀਂ ਜਹਾਨ ਅੰਦਰ, ਤਾਂਯੋ ਭਾਈ ਭੈਣ ਰਿਸ਼ਤੇਦਾਰ ਛੱਡ ਕੇ ਪੱਲਾ ਫੜਿਆ ਤੁਸਾਂ ਦਾ ਦੀਵਾਨ ਦੇ ਅੰਦਰ। ਫਰਜ਼ ਪਤੀ ਦਾ
ਪਤ ਦੀ ਕਰੇ ਰਾਖੀ ਇਸ ਪਤ ਇਸ ਫਰਜ ਨੂੰ ਸਦਾ ਨਿਭਾਈ ਆਵਾਂ ਭਰੀ ਸਭ ਅੰਦਰ ਜਿਹਨੂੰ ਲੜ ਲਾਇਆ ਸਦਾ ਪਤ ਉਸ ਦੀ ਬਚਾਈ ਆਵਾਂ ਧੰਨ ਫਿਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ ਏਕ ਦੋ ਜੋਤ ਦੇ ਮੂਰਤੀ ਧੰਨ ਫਿਰ ਕਹੀਏ ਸੋਏ ਆਪ ਜੀ ਨੇ ਪਿਆਰ ਮੁਹੱਬਤ ਦੇ ਨਾਲ ਕਿਉਂਕਿ ਜੋ ਆਪ ਜੀ ਨੇ ਕਸਮਾਂ ਖਾਧੀਆਂ ਹਨ ਉਹ ਆਪ ਜੀ ਨੇ ਸਿਰੇ ਨਹਾਉਣੀਆਂ ਹਨ ਉਸ ਤਰ੍ਹਾਂ ਕੱਲ ਹੀ ਬੈਠਾ ਮੈਂ ਪਰਿਵਾਰ ਦੇ ਵਿੱਚ ਗੱਲ ਆਪਣੇ ਕਰਦਾ ਸੀ ਉਹ ਇਹ ਕਿ ਬੱਚੀ ਨੂੰ ਵੀ ਬੱਚੀ ਨੇ ਉਹ ਕਹਿਣਾ ਅਤੇ ਸਹਿਣਾ ਕਿਉਂਕਿ ਪਰਿਵਾਰ ਸਰਦਾਰ ਮਲਕੀਤ ਸਿੰਘ ਜੀ ਜੋ ਸੰਦਵਾਸੀ ਮੇਰੇ ਮਾਮਾ ਜੀ ਉਹਨਾਂ ਦੇ ਦੋਹਤੇ ਜੋ ਅੱਜ ਅਮਰਜੋਤ ਸਿੰਘ ਜੀ ਹੋਈ ਇੱਥੇ ਗੁਰਦੁਆਰਾ ਅੱਗੇ ਬਿਰਾਜਮਾਨ ਹਨ ਸੰਗਤ ਜੀ ਆਪਣੇ ਉਹ ਸਿਰਤਾ ਕਰਦਾ ਚੰਗਾ ਨਹੀਂ ਲੱਗਦਾ ਕਿਉਂਕਿ ਮੇਰੇ ਵੀਰ ਹਰਭਜਨ ਸਿੰਘ ਅਤੇ ਭੈਣ ਜਸਵਿੰਦਰ ਕੌਰ ਜੋ ਗੁਰੂ ਘਰ ਦੇ ਪ੍ਰੇਮੀ ਹਨ ਗ੍ਰਹਿਦਾਨ ਦੇ ਵਿੱਚ ਇਹਨਾਂ ਦਾ ਨਿਤਨੇਮ ਗੁਰੂ ਘਰ ਆਉਣਾ ਬੱਚੀ ਰਾਜਵਿੰਦਰ ਕੌਰ ਜਿਸ ਨੂੰ ਅਸੀਂ ਪਿਆਰ ਨਾਲ ਲਾਡੀ ਕਹਿੰਦੇ ਹਾਂ ਉਸਦਾ ਵੀ ਜੀਵਨ ਗੁਰੂ ਘਰ ਦੇ ਨਾਲ ਜੁੜਿਆ ਹੈ ਬਾਕੀ ਵੀ ਪਰਿਵਾਰ ਸਾਰਾ ਜਿਸ ਤਰ੍ਹਾਂ ਮਾਮੇ ਮੇਰੇ ਵੀਰ ਜੋ ਅੱਜ ਇੱਥੇ ਹੈ ਨੀ ਮੱਖਣ ਸਿੰਘ ਭੈਣ ਰਿਸ਼ਪਾਲ ਕੌਰ ਸਰਭਜਨ ਸਿੰਘ ਅਤੇ ਨਰਿੰਦਰ ਕੌਰ ਅਤੇ ਉੱਧਰੋਂ ਫੁੱਫੜ ਜੀ ਲੇਟ ਸਰਦਾਰ ਕਸ਼ਮੀਰ ਸਿੰਘ ਭਜਨ ਕੌਰ ਅਤੇ ਉਹਨਾਂ ਦੇ ਛੋਟੇ ਜੋ ਭੈਣ ਜੀ ਹਨ ਉਹ ਹਨ ਜਿਹਨਾਂ ਦਾ ਪਹਿਲਾਂ ਜਿਹਨਾਂ ਦੇ ਬੱਚਿਆਂ ਦਾ ਜਨਮ ਕਾਰਜ ਹੈ ਸੰਗਤ ਜੀ ਕਹਿਣ ਦਾ ਮਤਲਬ ਇਹ ਹੈ ਕਿ ਪਰਿਵਾਰ ਨੂੰ ਬੜੇ ਦਿਨਾਂ ਤੋਂ ਜਾਣਦੇ ਹਾਂ ਗੁਰੂ ਘਰ ਦੇ ਨਾਲ ਜੁੜੇ ਹਨ ਇਸ ਕਰਕੇ ਗੁਰੂ ਮਹਾਰਾਜ ਦੇ ਅੱਗੇ ਅੱਜ ਮੈਂ ਹਜ਼ਾਰ ਇਹੀ ਵਾਰ ਵਾਰ ਬੇਨਤੀ ਕਰਦਾ ਹਾਂ ਕਿ ਦੋਹਾਂ ਪਰਿਵਾਰਾਂ ਨੂੰ ਜਿਸ ਤਰ੍ਹਾਂ ਅੱਗੇ ਮਿਲ ਵਰਤਨ ਬਖਸ਼ੀਏ ਇਸ ਤਰ੍ਹਾਂ ਹੀ ਬਖਸ਼ੀਏ ਮੈਂ ਸ਼ੋਰ ਸਟੇਜ ਉੱਪਰ ਕਹਿੰਦਾ ਹਾਂ ਕਿ ਮੇਰੀ ਭੈਣ ਜਸਵਿੰਦਰ ਕੌਰ ਜਿਸ ਦਾ ਜੀਵਨ ਸੱਚਾ ਸੁਝਾ ਹੈ ਉਸਨੂੰ ਸੁਖਿੰਦਰ ਕੌਰ ਮੈਂ ਇਹ ਬੇਨਤੀ ਕਰਦਾ ਕਿ ਤੈਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਘਰ ਦੇ ਵਿੱਚ ਅਸੀਂ ਬੱਚਿਆਂ ਵਾਲੇ ਹਾਂ ਜਿਸ ਤਰ੍ਹਾਂ ਸਾਡਾ ਪਰਿਵਾਰ ਅੱਗੇ ਚੱਲ ਰਿਹਾ ਹੈ ਆਪਣੇ ਉਸ ਤਰ੍ਹਾਂ ਜਾ ਕੇ ਬਿਸਤਰਾ ਉਤਸ਼ਾਹ ਸਮਾ ਜਾਣਾ ਹੈ ਇਹ ਅਸੀਂ ਕਹਿ ਸਕਦੇ ਹਾਂ ਗੁਰਦੁਆਰੇ ਦੀ ਹਜ਼ੂਰੀ ਦੇ ਵਿੱਚ ਕਿਉਂਕਿ ਸਮਾਂ ਜੋ ਸੰਗਤ ਜੀ ਚੱਲਦਾ ਹੈ ਉਹ ਬੱਚੇ ਨੂੰ ਮੈਂ ਜ਼ਰੂਰ ਇੱਕ ਗੱਲ ਕਹਿੰਦਾ ਹਾਂ ਕਹਿਣਾ ਅਤੇ ਸਹਿਣਾ ਜੋ ਕਹਿਣਾ ਹੈ ਮਿੱਠੇ ਬੋਲ ਰਹੇ ਹਨ ਅਤੇ ਜੋ ਸਹਿਣਾ ਹੈ ਕਿਉਂਕਿ ਸਿਆਣੇ ਅੱਜ ਕੱਲ੍ਹ ਜੋ ਵੀ ਕੁਝ ਕਹਿੰਦੇ ਹਨ ਕਈ ਵਾਰੀ ਕਹਿ ਕੇ ਹਟ ਜਾਂਦੇ ਹਨ ਅਤੇ ਬੱਚਿਆਂ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ ਹੈ ਉਹ ਆਪ ਜੀ ਨੇ ਬੱਚਿਆਂ ਦੇ ਉਹ ਬੇਨਤੀ ਹੈ ਕਿ ਮਾਂ ਪਿਓ ਦੇ ਆਖੇ ਲੱਗਣ ਦਾਨੇ ਜੋ ਕੁਝ ਕਹਿਣ ਉਹਨਾਂ ਦਾ ਕਿਹਾ ਨਾ ਮੋੜੀ ਬਸੇ ਦਿਲਾਂ ਵਿੱਚ ਰੱਬ ਕਿਸੇ ਦਾ ਦਿਲ ਨਾ ਤੋੜੀ ਇਹ ਮੈਨੂੰ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਬੱਚੇ ਨੂੰ ਇਸ ਵੱਧ ਬਖਸ਼ੀਏ ਬਹੁਤਾ ਕੁਝ ਹੋਰ ਮੈਂ ਨਹੀਂ ਕਹਿੰਦਾ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਹੈ ਦੇਹੇ ਅਸੀਸ ਕਹੇ ਜਗਦੀਸ਼ ਜੋੜੀ ਜੀ ਹੈ ਜੁਗ ਚਾਰ ਤਿਹਾਰੀ ਆਪ ਦਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਕੋਲੋਂ ਕੋਈ ਬੋਲਦਿਆਂ ਦੇ ਉੱਪਰੋਂ ਆਪ ਜੀ ਦੀ ਸ਼ਾਨ ਦੇ ਅੰਦਰ ਕੋਈ ਲੱਸ ਵੱਧ ਘਾਟਾ ਕਿਹਾ ਹੋ ਗਿਆ ਵੇ ਆਪ ਨੇ ਸਵਰਤ ਬਖਸ਼ਣੀ ਸੰਗਤ ਜੀ ਬੇਨਤੀ ਕਰਦਾ ਹੈ ਸੰਗਤ ਨੂੰ ਕਿਉਂਕਿ ਵੋਲਵਰਹੈਂਪਟਨ 65-66 ਦੇ ਵਿੱਚ ਇੱਥੇ ਪਹਿਲਾਂ ਜਦੋਂ ਪਗੜੀ ਦਾ ਮੋਰਚਾ ਲੱਗਿਆ ਸੀ ਡਰਾਈਵਿੰਗ ਦੇ ਵਾਸਤੇ ਉਦੋਂ ਵੀ ਤਕਰੀਬਨ ਸ਼ਹਿਰ ਦੇ ਵਿੱਚ ਇੱਥੇ ਮੈਂ 67 ਦੇ ਵਿੱਚ ਮੈਂ ਡਰਦਨਗੀ ਵੀ ਆ ਗਿਆ ਇਸ ਕਰਕੇ ਉਦੋਂ ਤਾਂ ਇਹ ਸੰਸਥਾ ਦਾ ਤੁਹਾਨੂੰ ਗੁਰਦੁਆਰਾ ਦਵੇ ਬਣ ਗਏ ਹਨ ਬੜਾ ਪਿਆਰ ਹੈ ਗ੍ਰਹਿਦਨ ਦੀਆਂ ਸੰਗਤਾਂ ਜੋ ਇਸ ਵੇਲੇ ਆਨੰਦਮਈ ਕਿਉਂਕਿ ਬਹੁਤ ਆਲੀਸ਼ਾਨ ਗੁਰਦੁਆਰਾ ਜੋ ਗ੍ਰਹਿਦਨ ਬਣਿਆ ਹੈ ਆਪ ਜੀ ਵੀ ਅੱਗੇ ਬੇਨਤੀ ਕਰਦਾ ਹਾਂ ਗੁਰਗ੍ਰਹਿ ਦੀਆਂ ਸੰਗਤਾਂ ਦੇ ਅੱਗੇ ਕਿ ਜ਼ਰੂਰ ਜੋ 300 ਤੇ ਆਉਂਦੇ ਆ ਧੰਨ ਪਾਗਮ ਜਿਹੜੇ ਨਹੀਂ ਆਏ ਆਪ ਅੱਗੇ ਬੇਨਤੀ ਹੈ ਕਿ ਜ਼ਰੂਰ ਕੋਚਾ ਕਰਕੇ ਆਪ ਵੀ ਗ੍ਰਹਿਦਨ ਗੁਰਦੁਆਰੇ ਦੇ ਦਰਸ਼ਨ ਕਰੋ ਇੱਕ ਮੁੱਲੀ ਗੁਰੂ ਮਹਾਰਾਜ ਨੇ ਉਹ ਤੇ ਦਾਤ ਬਖਸ਼ੀ ਹੈ ਆਪਾਂ ਨੂੰ ਜੋ ਦੇਖਣ ਨੂੰ ਯੋਗ ਹੈ ਆਪ ਦਾ ਬਹੁਤ ਬਹੁਤ ਧੰਨਵਾਦ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਭ ਤੋਂ ਪਹਿਲਾਂ ਪਰਮਿੰਦਰ ਸਿੰਘ ਜੀ ਮੰਡ, ਉਹਨਾਂ ਦਾ ਸਹਿਤ ਨੂੰ ਧੰਨਵਾਦ। ਉਹਨਾਂ ਤੋਂ ਉਪਰੰਤ ਸਰਦਾਰ ਗੁਰਨਾਮ ਸਿੰਘ ਜੀ ਧਾਲੀਵਾਲ, ਜੋ ਆਪ ਜੀ ਨੂੰ ਥੋੜ੍ਹੇ ਸਮੇਂ ਵਿੱਚ ਜ਼ਿਆਦਾ ਕੁਛ ਦੱਸਦੇ ਗਏ ਨੇ, ਉਹਨਾਂ ਦਾ ਵੀ ਸਹਿਤ ਨੂੰ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਲੜਕੀ ਦੇ ਮਾਤਾ ਪਿਤਾ ਨੂੰ, ਉਹ ਸ਼ਗਨ ਦੀ ਰਸਮ ਅਦਾ ਕਰਨਗੇ। ਉਹਨਾਂ ਤੋਂ ਉਪਰੰਤ ਆਏ ਹੋਏ ਸਰਬੱਤ ਮਾਈ ਭਾਈ, ਅਤੇ ਮੈਂ ਇੱਕ ਹੋਰ ਬੇਨਤੀ ਕਰ ਦੇਵਾਂ। ਅਕਸਰ ਜਦੋਂ ਆਪਾਂ ਘੰਟੇ ਡੇਢ ਘੰਟੇ ਦੇ ਤਕਰੀਬਨ ਬੈਠੇ ਹਾਂ, ਆਪਣਾ ਚੈਨ ਨਾਲ ਬੈਠੇ ਹਾਂ, ਅਤੇ ਜਦੋਂ ਸ਼ਗਨ ਪੈਣ ਲੱਗਦਾ ਉਦੋਂ ਕਲਯੁਗ ਕਿਉਂ ਆਉਂਦਾ, ਉਹ ਨਹੀਂ ਆਉਣਾ ਚਾਹੀਦਾ। ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰ ਲੈਣਾ ਕਿ ਜਦੋਂ ਆਪਾਂ ਸ਼ਗਨ ਪਾਉਣੇ ਹਾਂ, ਧਿਆਨ ਰੱਖਣਾ ਕਿ ਆਪਾਂ ਪਹਿਲਾਂ ਵੀ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਬੈਠੇ ਸੀ ਅਤੇ ਹੁਣ ਵੀ ਉੱਥੇ ਹੀ ਬੈਠੇ ਹਾਂ। ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸ਼ਗਨ ਦੀ ਰਸਮ ਅਦਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।